ਵਾਹਿਗੁਰੂ ਜੀ ਕੀ ਫਤਿਹ। ਯੂਬਾ ਸਿਟੀ ਦੇ ਇਸ ਮਹਾਨ ਧਰਤੀ ਦੇ ਉੱਤੇ ਅਸੀਂ ਫਿਰ ਇੱਕ ਵਾਰੀ ਜੁੜੇ ਹਾਂ ਲੰਗਰਾਂ ਦੇ ਵਿੱਚ। ਅਤੇ ਇੱਕ ਰਾਜਕਰਨ ਜੀ, ਸਭ ਤੋਂ ਪਹਿਲਾਂ ਮੈਂ ਜਿਹੜਾ ਬਾਹਰ ਚੀਜ਼ ਦੇਖਦਾ ਸੀ ਕਿ ਨੋ ਫਾਰਮਰ ਨੋ ਫੂਡ, ਸੋ ਹਰਿਆਣਾ ਪੰਜਾਬ ਲੰਗਰ ਸੇਵਾ। ਸੋ ਬਿਲਕੁਲ ਜਿੱਦਾਂ ਆਪਾਂ ਉੱਥੇ ਦੇਖਿਆ ਆ ਹਰਵਿੰਦਰ ਸਿੰਘ ਜੀ, ਵੀ ਹਰਿਆਣੇ ਦੇ ਪੰਜਾਬ ਵਾਲਿਆਂ ਨਾਲ ਮੋਢੇ ਨਾਲ ਮੋਢਾ ਡਾਹ ਕੇ ਜਿਹੜੇ ਆ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਆ, ਮੋਦੀ ਨੂੰ ਜਿਹੜਾ ਇਸ ਟਾਈਮ ਲਲਕਾਰ ਰਹੇ ਆ। ਸੋ ਉਹ ਸਪੋਰਟ ਆਪਾਂ ਨੂੰ ਇੱਥੇ ਵੀ ਇਸ ਟਾਈਮ ਦਿਖ ਰਹੀ ਆ। ਸੋ ਆਪਾਂ ਲੰਗਰ ਦੀ ਸੇਵਾ ਦੇ ਵਿੱਚ ਇਸ ਟਾਈਮ ਜਿਹੜਾ ਚੱਲ ਰਹੀ ਆ ਉਹਦੇ ਵਿੱਚ ਆਪਾਂ ਆਏ ਹਾਂ। ਸੋ ਆਓ ਇਹਨਾਂ ਦੇ ਨਾਲ, ਵੀਰਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਸੰਸਥਾ ਬਾਰੇ ਜਿਹੜਾ ਦੱਸੋ ਜੀ, ਅਤੇ ਕਦੋਂ ਤੋਂ ਲੰਗਰ ਦੇ ਵਿੱਚ ਇੱਥੇ ਚੱਲ ਰਿਹਾ? ਅਸੀਂ ਕੱਲ੍ਹ ਤੋਂ ਇੱਥੇ ਲੰਗਰ ਲੈ ਕੇ ਹਾਜ਼ਰ ਹੋਏ ਹਾਂ। ਕੱਲ੍ਹ ਸਵੇਰ ਤੋਂ ਹੀ ਚੱਲ ਰਿਹਾ ਸਾਡਾ ਲੰਗਰ। ਪੰਜਾਬ, ਹਰਿਆਣਾ ਅਤੇ ਯੂਪੀ ਦੇ ਸਾਰੇ ਨੌਜਵਾਨ ਵੀਰ ਜਿੰਨੇ ਵੀ ਨੇ ਉਹ ਸਾਰੇ ਰਲ ਮਿਲ ਕੇ ਇਸ ਲੰਗਰ ਦੇ ਵਿੱਚ ਸਹਿਯੋਗ ਦੇ ਰਹੇ ਨੇ। ਨਾਲੇ ਖਾਸ ਤੌਰ 'ਤੇ ਮੰਗ ਕਰ ਰਹੇ ਨੇ ਕਿਸਾਨਾਂ ਵਾਸਤੇ ਵੀ ਜੋ ਸਾਡੇ ਸਾਨੂੰ ਹੱਕ ਨੇ ਉਹ ਮਿਲਣੇ ਚਾਹੀਦੇ ਨੇ। ਤੁਸੀਂ ਸੁਣਿਆ ਵੀ ਹੋਣਾ ਹੈ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਜ਼ਿੰਦਾਬਾਦ। ਇਹਨਾਂ ਦਾ ਕਹਿਣਾ ਵੀ ਭਾਵੇਂ ਕਿਸਾਨ ਮਰਦਾ ਮਰ ਜਾਏਗਾ ਪਰ ਵਾਪਸ ਨਹੀਂ ਜਾਏਗਾ, ਵੀ ਆਪਣੇ ਹੱਕ ਲੈ ਕੇ ਹੀ ਜਾਵਾਂਗੇ। ਤੇ ਹੱਕ ਲੈਣਾ ਤੇ ਗੁਰੂ ਸਾਹਿਬ ਨੇ ਵੀ ਦੱਸਿਆ, ਤੇ ਹੱਕ ਪਿੱਛੇ ਸਿੱਖ ਲੜਦਾ ਹੈ ਤੇ ਸਿੱਖ ਲੰਗਰ ਵੀ ਲਾਉਂਦਾ, ਦਾਨ ਵੀ ਕਰਦਾ, ਪਰ ਆਪਣਾ ਹੱਕ ਨਹੀਂ ਛੱਡਦਾ ਹੈਗਾ। ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੀ ਪੰਜਾਬ ਦੀ ਇੰਡੀਆ ਦੀ ਸਰਕਾਰ ਏ ਉਹ ਸਾਡੇ ਜਿਹੜੇ ਹੱਕ ਨੇ ਉਹ ਸਾਨੂੰ ਦਿੱਤੇ ਜਾਣ। ਐਵੇਂ ਗਰੀਬ ਮਾਰ ਨਹੀਂ ਕਰਨੀ ਚਾਹੀਦੀ ਲੋਕਾਂ ਦੇ ਉੱਤੇ, ਭਾਵੇਂ ਮੋਦੀ ਹੋਵੇ ਭਾਵੇਂ ਮੋਦੀ ਦਾ ਪਿਓ ਹੋਵੇ, ਅਸੀਂ ਇਹਨਾਂ ਤੋਂ ਡਰਦੇ ਨਹੀਂ ਹੈਗੇ। ਅਸੀਂ ਸਾਰੇ ਰਲ ਮਿਲ ਕੇ ਗੁਰੂ ਦੇ ਸਿੱਖ ਹਾਂ। ਇੱਥੇ ਹਿੰਦੂ ਸਿੱਖ ਮੁਸਲਮਾਨ ਦਾ ਕੋਈ ਨਾਤਾ ਨਹੀਂ, ਇੱਥੇ ਸਾਰੇ ਆਪਾਂ ਇਨਸਾਨੀਅਤ ਤੌਰ 'ਤੇ ਇਨਸਾਫ ਮੰਗ ਰਿਹਾ ਜੀ। ਬਿਲਕੁਲ ਜੀ, ਦੂਜੀ ਗੱਲ ਗੁਰਦੁਆਰਾ ਬੇਕਰਸਫੀਲਡ ਤੋਂ ਇਹ ਸਾਰੇ ਨੌਜਵਾਨ ਨੇ, ਉੱਥੋਂ ਦੇ ਆਪਾਂ ਮੁੱਖ ਸੇਵਾਦਾਰ ਹਾਂ। ਜਿੱਥੇ ਵੀ ਲੋੜ ਪੈਂਦੀ ਹੈ, ਹਰ ਸਾਲ ਇੱਥੇ ਭਾਈ ਮੰਗਲ ਸਿੰਘ ਜੀ, ਇਹ ਸਾਰੇ ਯੂਥ ਨੌਜਵਾਨ ਜਿਹੜੇ ਕਲੱਬ ਨੇ, ਜਦੋਂ ਇੰਡੀਆ ਦੇ ਹਾਲਾਤ ਵੇਖੇ ਨੇ ਫਿਰ ਇਹਨਾਂ ਨੇ ਵੇਖਿਆ ਵੀ ਸਾਡੀ ਦਸਾਂ ਨੌਵਾਂ ਦੀ ਕਿਰਤ ਉੱਥੇ ਵੀ ਜਾ ਰਹੀ ਹੈ ਅਤੇ ਇੱਥੇ ਵੀ ਅਸੀਂ ਸਹਿਯੋਗ ਕਰਾਂਗੇ ਅਤੇ ਹਰ ਸਾਲ ਕਰਦੇ ਰਹਾਂਗੇ। ਕੱਲ੍ਹ ਤੋਂ ਲੈ ਕੇ ਕੱਲ੍ਹ ਦੀ ਸਮਾਪਤੀ ਤੱਕ ਇਹ ਗੁਰੂ ਕਾ ਲੰਗਰ ਇਸੇ ਤਰ੍ਹਾਂ ਹੀ ਚੱਲੇਗਾ, ਸਾਰੀ ਰਾਤ ਵੀ ਚੱਲਦਾ ਰਿਹਾ, ਸਾਰਾ ਦਿਨ ਵੀ ਅਤੇ ਅੱਜ ਵੀ ਸਾਰੀ ਰਾਤ ਇਸੇ ਤਰ੍ਹਾਂ ਹੀ ਚੱਲੇਗਾ ਜੀ। ਬਹੁਤ ਵਧੀਆ, ਪੰਜਾਬੀ ਰੇਡੀਓ USA ਦਾ ਬਹੁਤ ਬਹੁਤ ਧੰਨਵਾਦ ਹੈ ਜੋ ਇਸ ਲੰਗਰਾਂ ਵਿੱਚ ਆਏ ਨੇ, ਅਤੇ ਤਹਿ ਦਿਲੋਂ ਸਾਰੀ ਟੀਮ ਦਾ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਡੇ ਨਾਲ ਭਾਈ ਮਨਦੀਪ ਸਿੰਘ ਜੀ ਸਮਾਣੇ ਵਾਲੇ, ਉਹ ਸਮਾਨ ਲੈਣ ਗਏ ਹੋਏ ਨੇ, ਉਹਨਾਂ ਦਾ ਬਹੁਤ ਧੰਨਵਾਦ ਹੈ ਇਸ ਪ੍ਰੋਗਰਾਮ ਦੇ ਵਿੱਚ ਸਾਰੇ ਨੌਜਵਾਨਾਂ ਦੇ ਨਾਲ, ਅਤੇ ਭਾਈ ਮੰਗਲ ਸਿੰਘ ਜੀ, ਬਾਕੀ ਜਿੰਨੇ ਵੀ ਸਹਿਯੋਗੀ ਸੱਜਣ ਨੇ ਉਹਨਾਂ ਦਾ ਵੀ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਸੋ ਆਪਾਂ ਹਰਵਿੰਦਰ ਸਿੰਘ ਜੀ ਦੇਖਿਆ ਜਿਸ ਤਰੀਕੇ ਦੇ ਨਾਲ ਪੰਜਾਬ ਅਤੇ ਹਰਿਆਣੇ ਦੇ UP ਦੇ ਸਾਰੇ ਵੀਰੇ ਬੇਕਰਸਫੀਲਡ ਤੋਂ ਵਿਸ਼ੇਸ਼ ਤੌਰ ਦੇ ਉੱਤੇ ਆਏ ਨੇ, ਅਤੇ ਇਹਨਾਂ ਨੇ ਜਿਹੜੀ ਆ ਸੇਵਾ ਕਰ ਰਹੇ ਆ। ਸੋ ਦੋਨੋਂ ਹੀ ਦਿਨ ਜਿਹੜੇ ਆ ਅੱਜ ਵੀ ਅਤੇ ਕੱਲ੍ਹ ਨੂੰ ਵੀ ਜਿਹੜੀਆਂ ਲੰਗਰਾਂ ਦੀਆਂ ਸੇਵਾਵਾਂ ਜਿਹੜੀਆਂ ਇੱਥੇ ਚੱਲਣੀਆਂ ਆ, ਅਤੇ ਅਸੀਂ ਬੇਨਤੀ ਕਰਦੇ ਹਾਂ ਇਹਨਾਂ ਵੱਲੋਂ ਵੀ, ਸਾਰਿਆਂ ਵੱਲੋਂ ਵੀ, ਹੁੰਮ ਹੁੰਮ ਆ ਕੇ ਯੂਬਾ ਸਿਟੀ ਦੇ ਇਸ 42ਵੇਂ ਮਹਾਨ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰੋ, ਪਰਿਵਾਰਾਂ ਸਮੇਤ ਆਓ। ਬਹੁਤ ਹੀ ਵਧੀਆ ਪ੍ਰਬੰਧ ਨੇ ਅਤੇ ਸੇਵਾਦਾਰ ਤੁਹਾਡੀ ਸਾਰਿਆਂ ਦੀ ਸੇਵਾ ਕਰਨ ਦੇ ਲਈ ਬਹੁਤ ਉਤਸੁਕ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।